ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਦੇ ਆ ਪੰਜਾਬ ਮੌਸਮ 1 ਤੋਂ ਲੈ ਕੇ 10 ਮਈ ਕਿ ਇਹਨਾਂ 10 ਦਿਨਾਂ ਵਿੱਚ ਪੰਜਾਬ ਦੇ ਮੌਸਮ ਵਿੱਚ ਕੀ ਕੀ ਹਾਲ ਚੱਲ ਰਹੇਗੀ ਕਦੋਂ ਨਵੇਂ ਸਿਸਟਮ ਪਹੁੰਚ ਰਹੇ ਨੇ ਤੇ ਪੰਜਾਬ ਦੇ ਵਿੱਚ ਮੀਂਹ ਕਦੋਂ ਤੋਂ ਪੈ ਸਕਦਾ ਹੈ ਹਵਾਵਾਂ ਜਾਂ ਫਿਰ ਸਾਰੀ ਜਾਣਕਾਰੀ ਜੋ ਵੀ ਪ੍ਰਾਪਤ ਹੋਈ ਹੈ ਹੁਣ ਦੀ ਅਪਡੇਟ ਮੁਤਾਬਕ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਹਿਲਾਂ ਗੱਲ ਕਰਦੇ ਆ ਆਪਾਂ 1 ਤੋਂ 5 ਮਈ ਦੀ 1 ਤੇ 2 ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਜ਼ਿਆਦਾਤਰ ਆਪਾਂ ਨੂੰ ਥੋੜਾ ਜਿਹਾ ਹਵਾ ਰਹੇ ਤਾਂ ਦੇਖਣ ਨੂੰ ਮਿਲੂਗਾ ਕਹਿਣ ਦਾ ਪਾਵ ਹੈ ਕਿ ਹਵਾਵਾਂ ਦੀ ਗਤੀ ਜਿਹੜੀ ਥੋੜੀ ਬਹੁਤ ਜਿਆਦਾ ਹਲਕੀ ਰਹੇਗੀ 5 ਤੋਂ ਲੈ ਕੇ 7-8 ਕਿਲੋਮੀਟਰ ਤੱਕ ਦੀਆਂ ਹਵਾਵਾਂ ਰਹਿਣਗੀਆਂ ਅਤੇ ਹਵਾਵਾਂ ਦਾ ਰੁਖ ਵੀ ਪੂਰਬੀ ਦਿਸ਼ਾ ਤੋਂ ਰਹੇਗਾ ਜਿਸ ਕਰਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਥੋੜਾ ਜਿਹਾ ਹਮੋਸ ਦੇ ਨਾਲ ਗਰਮੀ ਦਾ ਮਾਹੌਲ ਆ ਉਹ ਦੇਖਣ ਨੂੰ ਮਿਲੂਗਾ ਤੇ ਦੋ ਤਰੀਕ ਹੋ ਸਕਦਾ ਹੈ ਕਿ ਦੁਪਹਿਰ ਜਾਂ ਸ਼ਾਮ ਦੇ ਕਰੀਬ ਆਉਂਦੇ ਪੱਛਮੀ ਹਵਾਵਾਂ ਦੀ ਹਲਕੀ ਵਾਪਸੀ ਚੂਬੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਇਹਨਾਂ ਦਿਨਾਂ ਵਿੱਚ ਬੱਦਲਵਾਈ ਜਾਂ ਟੁੱਟਵੇਂ ਰੂਪ ਵਿੱਚ ਬਣੀ ਰਹੇਗੀ ਕਿਉਂਕਿ 1 ਤੋਂ ਲੈ ਕੇ 5 ਮਈ ਤੱਕ 1 ਤੋਂ ਬਾਅਦ ਇੱਕ ਜਿਹੜੇ ਮੱਧਮ ਸ਼੍ਰੇਣੀ ਦੇ ਵੈਸਟਰਨ ਡਿਸਟਰਬੈਂਸ ਨੇ ਉਹ ਪਹਾੜੀ ਲੱਗਾਂ ਵਿੱਚ ਪਹੁੰਚ ਰਹੇ ਨੇ ਸੋ ਜਿਨ੍ਹਾਂ ਦੇ ਚੱਲਦੇ ਪੰਜਾਬ ਦੇ ਮੌਸਮ ਉੱਪਰ ਆਪਾਂ ਨੂੰ ਹਲਕਾ ਫੁਲਕਾ ਪ੍ਰਭਾਵ ਇਹਨਾਂ ਦਾ ਦੇਖਣ ਨੂੰ ਮਿਲਦਾ ਰਹੇਗਾ ਅਤੇ 1 ਤੋਂ ਲੈ ਕੇ 5 ਮਈ ਤੱਕ ਪੰਜਾਬ ਦੇ ਵਿੱਚ ਪੈਚੀ ਰੂਪ ਵਿੱਚ ਜਿਹੜੀ ਬਰਸਾਤ ਆ ਉਹ ਵੀ ਦੇਖਣ ਨੂੰ ਮਿਲਦੀ ਰਹੇਗੀ ਕਹਿਣ ਜਿਵੇਂ ਕਿ ਮਤਲਬ 2-3 ਜ਼ਿਲ੍ਹਿਆਂ ਵਿੱਚ ਹਲਕਾ ਜਾਂ ਛੋਟਾ ਕੋਈ ਬੱਦਲੀ ਸਿਸਟਮ ਬਣਿਆ ਤੇ ਉਹਨਾਂ ਇਲਾਕਿਆਂ ਵਿੱਚ ਮੀਂਹ ਹਵਾਵਾਂ ਦੀ ਗਤੀਵਿਧੀਆਂ ਹੋ ਗਈਆਂ ਤੇ ਬਾਕੀ ਇਲਾਕੇ ਜਿਹੜੇ ਖੁਸ਼ਕ ਰਹਿ ਗਏ ਸੋ ਅਜਿਹੀਆਂ ਗਤੀਵਿਧੀਆਂ 1 ਤੋਂ ਲੈ ਕੇ 5 ਮਈ ਤੱਕ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਦਿਨਾਂ ਦਰਾਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਕੁਝ ਦੱਖਣੀ ਅਤੇ ਪੱਛਮੀ ਦੇ ਨਾਲ ਕੁਝ ਮੱਧ ਪੰਜਾਬ ਦੇ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ ਤੇ ਪਹਿਲੇ 2-3 ਦਿਨਾਂ ਤੱਕ ਯਾਨੀ ਕਿ 3 ਮਈ ਤੱਕ ਮੌਸਮ ਜਿਹੜਾ ਗਰਮ ਬਣਿਆ ਰਹੇਗਾ ਤਾਪਮਾਨ ਵੀ 39-40 ਡਿਗਰੀ ਦੇ ਆਸ-ਪਾਸ ਵੱਖ-ਵੱਖ ਇਲਾਕਿਆਂ ਵਿੱਚ ਬਣੇ ਰਹਿਣਗੇ ਤੇ 3 ਤੇ 4 ਤੋਂ ਬਾਅਦ ਹੋ ਸਕਦਾ ਹੈ ਕਿ ਹਲਕੀ ਜਿਹੀ ਮੌਸਮ ਦੇ ਵਿੱਚ ਠੰਡਕ ਆ ਸਕਦੀ ਹੈ ਜਿਹੜਾ ਟੈਂਪਰੇਚਰ ਆ ਉਹ 2-3 ਡਿਗਰੀ ਥੱਲੇ ਆ ਸਕਦਾ ਤੇ ਜੋ ਦਿਨ ਦੇ ਤਾਪਮਾਨ ਹੋਣਗੇ ਲਗਭਗ 34-35 ਡਿਗਰੀ ਦੇ ਆਸ-ਪਾਸ ਆ ਜਾਣਗੇ ਕਿਉਂਕਿ ਸਿਸਟਮ ਪਹੁੰਚਣ ਦੇ ਕਾਰਨ ਜਿਹੜਾ ਹਲਕੀਆਂ-ਫੁਲਕੀਆਂ ਬਰਸਾਤੀ ਕਾਰਵਾਈਆਂ ਪੰਜਾਬ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਅਗਲੀ ਅਪਡੇਟ ਆ 5 ਤੋਂ ਲੈ ਕੇ 7 ਜਾਂ ਫਿਰ 8 ਮਈ ਤੱਕ ਇਹ ਕਿਹੜਾ ਨਵਾਂ ਤਕੜਾ ਜਿਹੜਾ ਸਿਸਟਮ ਪਹਾੜੀ ਇਲਾਕਿਆਂ ਵਿੱਚ ਪਹੁੰਚੇਗਾ ਸੋ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਆਪਾਂ ਨੂੰ 5 ਤੋਂ ਲੈ ਕੇ 7 ਮਈ ਰਾਤ ਤੱਕ ਕਈ ਇਲਾਕਿਆਂ ਦੇ ਵਿੱਚ ਦਰਮਿਆਨਾ ਤੇ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਦਰਮਿਆਨੇ ਤੋਂ ਥੋੜਾ ਜਿਆਦਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਯਾਨੀ ਕਿ ਧੂੜ ਭਰੀਆਂ ਹਨੇਰੀਆਂ ਚੱਲਣ ਦੇ ਵੀ ਅਸਰ ਕਾਫੀ ਜਿਆਦਾ ਨਜ਼ਰ ਆ ਰਹੇ ਨੇ ਅਤੇ 8 ਮਈ ਤੋਂ ਬਾਅਦ 9 ਅਤੇ 10 ਨੂੰ ਪੰਜਾਬ ਦਾ ਮੌਸਮ ਫਿਰ ਇੱਕ ਵਾਰ ਥੋੜਾ ਜਿਹਾ ਸਾਫ਼ ਨਜ਼ਰ ਆਵੇਗਾ ਬੱਦਲਵਾਈ ਹਲਕੀ ਫੁਲਕੀ रह ਸਕਦੀ ਹੈ ਪਰ ਕਿਸੇ ਇਲਾਕੇ ਵਿੱਚ ਕੋਈ ਜ਼ਿਆਦਾ ਮੌਸਮ ਵਿਗੜਨ ਦੇ ਅਸਰ ਨਹੀਂ ਹੋਣਗੇ ਪਰ ਇੱਕ ਦੋ ਇਲਾਕਾਂ ਵਿੱਚ ਇਲਾਕਿਆਂ ਦੇ ਵਿੱਚ ਆਪਾਂ ਨੂੰ ਜਿਹੜਾ ਪ੍ਰੀ ਮੌਨਸੂਨ ਦੀਆਂ ਪੈਚੀ ਰੂਪ ਵਿੱਚ ਗਤੀਵਿਧੀਆਂ ਨੇ ਉਹ ਵੀ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਕਿਉਂਕਿ ਪ੍ਰੀ ਮੌਨਸੂਨ ਸੀਜ਼ਨ ਦਾ ਜਿਹੜਾ ਸਮਾਂ ਹੈ ਅਤੇ ਮਈ ਮਹੀਨੇ ਵਿੱਚ ਅਜਿਹੀਆਂ ਗਤੀਵਿਧੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਕਿ ਅਚਾਨਕ ਹੀ ਇੱਕ ਦੋ ਘੰਟਿਆਂ ਦੇ ਵਿੱਚ ਮੌਸਮ ਛੋਟੇ ਏਰੀਆ ਦੇ ਵਿੱਚ ਬਦਲ ਜਾਂਦਾ ਹੈ ਤੇ ਅਚਾਨਕ ਬ ਦੇ ਰਿਸੈਂ ਵਿੱਚ ਪਹੁੰਚ ਜਾਂਦਾ ਹੈ ਤੇ ਬਾਕੀ ਜੇਕਰ ਇਹਨਾਂ ਦਿਨਾਂ ਦੇ ਵਿੱਚ ਕੋਈ ਜਿੰਮੇ ਵੀ ਕੋਈ ਅਪਡੇਟ ਆਵੇਗੀ ਉਹ ਆਪਾਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਾਕੀ ਡੇਲੀ ਹਿਸਾਬ ਨਾਲ ਜਿਹੜੀ ਵੀਡੀਓ ਹੋਵੇਗੀ ਮੌਸਮ ਅਪਡੇਟ ਉਹ ਵੀ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਬਾਕੀ ਅਗਲੀਆਂ ਲਗਾਤਾਰ ਮੌਸਮ ਦੀ ਅਪਡੇਟ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ